ਅੱਜ ਜਿਹੜੀ ਆਪਾਂ ਇਸ ਵੀਡੀਓ ਵਿੱਚ 3D ਟਾਈਪ ਗੁੱਡੇ ਗੁੱਡੀਆਂੀਆਂ ਬਣਾਣੀਆਂ ਸਿੱਖਾਂਗੇ ਕਾਰਟੂਨ ਜੇ ਬਹੁਤ ਚੱਲੇ ਆ ਅੱਜਕੱਲ੍ਹ ਉਹ ਮੈਸੇਜ ਆਏ ਸੀ ਕਮੈਂਟ ਆਏ ਸੀ ਹਾਂ ਵੀ ਕਿਵੇਂ ਬਣਦੇ ਆਏ ਮੈਂ ਕਿਹਾ ਇਕੱਲੇ ਇਕੱਲੇ ਨੂੰ ਦੱਸਣ ਬੈਠਾਂ ਬੜਾ ਔਖਾ ਹੋ ਜਾਣਾ ਕੰਮ ਤਾਂ ਫੇ ਅੱਜ ਆਪਾਂ ਵੀਡੀਓ ਬਣਾ ਕੇ ਛਾੜਤੀ ਨੈਟ ਤੇ ਕਰੀਏ ਸ਼ੁਰੂ ਵੀਡੀਓ ਪਹਿਲੇ ਸਬਸਕ੍ਰਾਈਬ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਤੇ ਜਿਨ੍ਹਾਂ ਨੇ ਕੀਤਾ ਆ ਉਹ ਲਾਈਕ ਕਰ ਦਿਓ ਠੀਕ ਆ ਚਾਹੀਓ ਫੇ ਇਹਦੇ ਲਈ ਸਭ ਤੋਂ ਪਹਿਲੇ ਆਪਾਂ ਜਾਣਾ ਗੂਗਲ ਤੇ ਉੱਥੇ ਜਾ ਕੇ ਸਰਚ ਮਾਰਨਾ ਬਿੰਗ ਇਮੇਜ ਕ੍ਰੀਏਟਰ ਇਹ ਲਿਖਤਾ ਉਤਵਾਰ ਕਰ ਦੇਣਾ ਸਰਚ ਇੱਥੇ ਆਪਾਂ ਥੋੜਾ نیچے ਜਾਵਾਂਗੇ ਆਹ ਲਿਖਿਆ ਹੋਣਾ ਇਮੇਜ ਕ੍ਰੀਏਟਰ ਫਰੋਮ ਮਾਈਕਰੋਸਾਫਟ ਡਿਜ਼ਾਈਨਰ ਬਿੰਗ ਇੱਥੇ ਕਲਿੱਕ ਕਰ ਦੇਣਾ ਉਤਵਾਰ ਕਰ ਦੇਣਾ ਆਪਾਂ ਜੁਆਇਨ ਐਂਡ ਕ੍ਰੀਏਟ ਤੇ ਕਲਿੱਕ ਇਹ ਕਰਤਾ ਆਪਾਂ ਕਲਿੱਕ ਉਤਵਾਰ ਇੱਥੇ ਆਪਣਾ ਅਕਾਊਂਟ ਜੇ ਬਣਿਆ ਹੋਊਗਾ ਸਾਈਨ ਇਨ ਕਰ ਦੇਣਾ ਨਹੀਂ ਤਾਂ ਕ੍ਰੀਏਟ ਵਨ ਕਰ ਲਿਓ ਇੱਥੇ ਆਊਟਲੁੱਕ ਵਾਲਾ ਅਕਾਊਂਟ ਚੱਲਦਾ ਹੁੰਦਾ ਵਾ ਕ੍ਰੀਏਟ ਕਰ ਦਿਓ ਜੋ ਕੁਝ ਮੰਗੂਗਾ ਦੱਸੀ ਜਾਏ ਇਹਨੂੰ ਜੇ ਨਹੀਂ ਹੈਗਾ ਤੁਹਾਡੇ ਤੋਂ ਇਹ ਹੋ ਗਿਆ ਆਪਣਾ ਲੌਗਇਨ ਇਨੇ ਸਾਨੂੰ ਦੇਣੇ 15 ਕੋਇਨ ਇੱਥੇ ਇਹ ਡੇਲੀ ਇਹ 15 ਕੋਇਨ ਆਪਣੇ ਆਪ ਆ ਜਾਂਦੇ ਹੁੰਦੇ ਆ ਬਾਈ ਡਿਫਾਲਟ ਹੀ ਇੱਕ ਦਿਨ 'ਚ ਸਾਨੂੰ 15 ਕੋਇਨ ਮਿਲਨੇ ਆ ਹੁਣ ਇਮੇਜ ਬਣਾਉਣ ਲਈ ਇੱਥੇ ਲਿਖਣਾ 3D ਪਿਕਸਰ ਇਹ ਜਰੂਰ ਲਿਖਿਓ ਜੇ ਵਧੀਆ ਵਾਲੇ ਬਣਾਉਣੇ ਆ ਉਸ ਤੋਂ ਬਾਅਦ ਕੋਮਾ ਉਸ ਤੋਂ ਬਾਅਦ ਜਿੱਦਾਂ ਦੀ ਆਪਾਂ ਨੂੰ ਫੋਟੋ ਚਾਹੀਦੀ ਆ ਉਹ ਲਿਖ ਦੇਣਾ ਹੁਣ ਜਿਵੇਂ ਮੈਂ ਲਿਖਦਾ ਆ ਇਹ ਪੰਜਾਬੀ ਊਮੈਨ ਵਿਦ ਇਹ ਪੰਜਾਬੀ ਮੈਨ ਸੀਟਿੰਗ ਇਨ ਗਾਰਡਨ ਇਹ ਲੈ ਕੇ ਆਪਾਂ ਮਾਰ ਦੇਣਾ ਸਰਚ ਕ੍ਰੀਏਟ ਤੇ ਕਲਿੱਕ ਕਰ ਦੇਣਾ ਫੋਨ 'ਚ ਵੀ ਸੇਮ ਹੋਣਾ ਵਾ ਫੋਨ 'ਚ ਵੀ ਓਪਨ ਕਰੋਗੇ ਤੁਹਾਡੇ ਇਹੀ ਇੰਟਰਫੇਸ ਆਉਣਾ ਆ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਇਹ ਹੋ ਰਿਹਾ ਕ੍ਰੀਏਟ ਥੋੜਾ ਜਿਹਾ ਟਾਈਮ ਲਾਉਂਦਾ ਹੁੰਦਾ ਇਹ ਚਲੋ 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 ਇਹ ਆ ਦੇਖੋ ਚੱਕੋ ਬਣਾਤੀਆਂ ਇਹਨੇ ਚਾਰ ਆਪਸ਼ਨਾਂ ਦੇਤੀਆਂ ਆਪਾਂ ਨੂੰ ਜਿਹੜੀ ਵਧੀਆ ਲੱਗਦੀ ਉਹ ਆਪਾਂ ਕਰ ਦੇਣੀ ਐਥੋਂ ਡਾਊਨਲੋਡ ਠੀਕ ਆ ਹੁਣ ਇਹਨੂੰ ਆਪਾਂ ਜਿੰਨੀ ਡਿਟੇਲਿੰਗ ਦਵਾਂਗੇ ਲਿਖ ਕੇ ਉਹ ਸਕੋਡਿੰਗ ਇਹਨੇ ਪੂਰੀ ਫੋਟੋ ਬਣਾ ਦੇਣੀ ਐ ਇਹ ਆਪਣੀ ਇੰਗਲਿਸ਼ ਤੇ ਡਿਪੈਂਡ ਆ ਮੇਰੀ ਟੁੱਟੀ ਭੱਜੀ ਇੰਗਲਿਸ਼ ਇੱਥੇ ਤੱਕ ਹੀ ਖਤਮ ਹੋ ਜਾਂਦੀ ਆ ਹੁਣ ਜਿੱਦਾਂ ਆਪ ਮੈਂ ਲਿਖੂੰਗਾ ਐਟ ਨਾਈਟ ਐਟ ਨਾਈਟ ਲੇ ਕੇ ਸਰਚ ਮਾਰਤਾ ਹੁਣ ਇਹਨੇ ਰਾਤ ਨੂੰ ਬਿਠਾ ਲੈਣੇ ਚੱਕ ਕੇ ਚਲੋ ਚਲੋ ਇਹ ਇੱਥੇ ਕ੍ਰੀਏਟ ਕਰਨ ਨੂੰ ਥੋੜਾ ਜਿਹਾ ਟਾਈਮ ਲਾਂਦਾ ਹੁੰਦਾ ਇੱਥੇ ਸੋ ਲੰਬੇ ਲੰਬੇ ਸਾਲ ਲੈ ਲਿਓ ਉਦੋਂ ਤੱਕ ਜਦੋਂ ਤੱਕ ਫੋਟੋਆਂ ਬਣਦੀਆਂ ਹੁੰਦੀਆਂ ਆ ਚੱਕੋ ਰਾਤ ਨੂੰ ਬਿਠਾਤੇ ਉਹ ਪਿੱਛੇ ਚੰਨ ਚੜ੍ਹਦਾ ਠੀਕ ਆ ਇਹ ਬਣ ਗਈ ਸਾਡੀ ਰਾਤ ਵਾਲੀਆਂ ਫੋਟੋਆਂ ਹੁਣ ਇਦਾਂ ਹੀ ਜੇ ਆਪਾਂ ਹੋਰ ਕੁਝ ਲਿਖ ਕੇ ਸੱਚ ਮਾਰਾਂਗੇ ਜਿਦਾ ਇਹ ਪੰਜਾਬੀ ਊਮਨ ਵੇਅਰਿੰਗ ਆਪਾਂ ਸੂਟ ਪਾਵਾਂਗੇ ਇਹਨੂੰ ਕੁੜਤੀ ਇਹ ਸਮਝ ਜਾਂਦਾ ਹੁੰਦਾ ਆ ਤਾਂ ਕਰਕੇ ਕੁੜਤੀ ਲਿਖਦਾ ਆਪਾਂ ਸਟੈਂਡਿੰਗ ਖੜੇ ਕਰ ਦਿੰਨੇ ਆਪਾਂ ਇਹਨਾਂ ਨੂੰ ਸਟੈਂਡਿੰਗ ਐਟ ਗਾਰਡਨ ਪਾਰਕ ਚ ਖੜੇ ਕਰ ਦੇਣਾ ਆਪਾਂ ਇਹ ਬੰਦਰੀਆ ਫੋਟੋ ਆ ਦੇਖੋ ਇਹ ਦੇਤੇ ਉਹਨੇ ਰਿਜ਼ਲਟ ਚਾਹ ਜਿਹੜੀ ਵਧੀਆ ਲੱਗਦੀ ਆਪਾਂ ਉਹ ਕਰ ਲੈਣੀ ਆਪਾਂ ਡਾਊਨਲੋਡ ਡਾਊਨਲੋਡ ਕਰਨ ਲਈ ਕੀ ਫੋਟੋ ਨੂੰ ਓਪਨ ਕਰਨਾ ਆਪਾਂ ਕਲਿੱਕ ਕਰਕੇ ਉਸ ਤੋਂ ਬਾਅਦ ਫੋਨ 'ਚ ਆਪਾਂ ਦਬਾ ਕੇ ਰੱਖਾਂਗੇ ਸੇਵ ਕਰਨ ਲਈ ਇਹ ਚ ਕੰਪਿਊਟਰ 'ਚ ਤਾਂ ਰਾਈਟ ਕਲਿੱਕ ਕਰਕੇ ਤੁਹਾਨੂੰ ਪਤਾ ਹੀ ਹੈ ਸੇਵ ਹੋ ਜਾਂਦਾ ਐਦਾਂ ਹੀ ਆਪਾਂ ਜੇ ਹੋਰ ਆਪਾਂ ਹੁਣ ਕੀ ਬਣਾਈਏ ਹੁਣ ਆਪਾਂ ਜੀਨ ਪਵਾਦ ਕੇ ਦਿਖਾ ਦਿੰਨੇ ਆ ਇੱਕ ਵਾਰ ਵੇアリング ਜੀਨਸ ਵਾਕਿੰਗ ਵਾਕਿੰਗ ਇਨ ਸਟਰੀਟ ਸੜਕ ਤੇ ਠੀਕ ਆ ਇਹ ਕਰਕੇ ਆਪਾਂ ਕਰਤਾ ਕ੍ਰੇਟ ਜਿੱਦਾਂ ਆਪਾਂ ਇੱਥੇ ਪੰਜਾਬੀ ਲਿਖਦੇ ਪਗ ਮੰਦਨ ਦਾ ਹੁੰਦਾ ਕੁੜੀ ਦੇ ਸੋ ਇਹਨੂੰ ਆਪਾਂ ਪੰਜਾਬੀ ਕੱਟ ਕੇ ਇੱਕ ਵਾਰ ਫੇਰ ਸਰਚ ਕਰਾਂਗੇ ਆ ਦੇਖੋ ਇਹ ਫੇਰ ਗਲਤ ਬਣਾਤਾ ਇਹਨੇ ਏ ਹੁਣ ਆਪਾਂ ਦੁਬਾਰਾ ਲਿਖਾਂਗੇ ਕੁਛ ਇੱਥੇ ਆਪਾਂ ਲਿਖਾਂਗੇ ਹੁਣ ਸੀਟਿੰਗ ਓਨ ਬੈਂਚ ਇਹ ਕਾਲੋ ਬਣਾਤੀ ਸੀ ਇਹਨੇ ਸਹੀ ਨਹੀਂ ਬਣਿਆ ਸੀਗਾ ਤਾਂ ਕਰਕੇ ਆਪਾਂ ਹੁਣ ਬੈਂਚ ਤੇ ਬਿਠਾਵਾਂਗੇ ਆ ਦੇਖੋ ਹੁਣ ਇਹਨੇ ਬੈਂਚ ਤੇ ਬਿਠਾਤਾ ਬੱਟੇ ਦੇ ਪਿੱਛੇ ਬੈਕਗ੍ਰਾਉਂਡ ਹੈ ਨਹੀਂ ਜੇ ਆਪਾਂ ਹੁਣ ਪਿੱਛੇ ਬੈਕਗ੍ਰਾਉਂਡ ਲਾਣਾ ਵਾ ਹੋਰ ਡਿਟੇਲ ਦੇਣੀ ਹੈ ਇੱਥੇ ਲਿਖ ਦਾਂਗੇ ਆਪਾਂ ਐਟ ਯੂਨੀਵਰਸਿਟੀ ਕਰਕੇ ਕਰ ਦੇਣਾ ਕ੍ਰੀਏਟ ਤੇ ਕਲਿੱਕ ਹੁਣ ਪਿੱਛੇ ਇਹਨੇ ਯੂਨੀਵਰਸਿਟੀ ਲਾ ਦੇਣੀ ਆ ਚੱਕੋ ਆ ਬਣ ਗਈ ਪਿਛੇ ਲਾਤੇ ਪਿਛੇ ਯੂਨੀਵਰਸਿਟੀਆਂ ਉਹ ਪਿਛੇ ਵਾਲੇ ਟੋਪੀ ਵੀ ਪੁਆਤੀ ਗ੍ਰੈਜੂਏਸ਼ਨ ਵਾਲੀ ਇੱਦਾਂ ਜਿੰਨਾ ਹੀ ਆਪਾਂ ਇਹਨੂੰ ਡਿਟੇਲਿੰਗ ਦਵਾਂਗੇ ਉਹ ਸਭ ਨੇਨੇ ਕ੍ਰੀਏਟ ਕਰ ਦੇਣੇ ਆਪਣੇ ਆਪ ਹੀ ਤੇ ਇਦਾਂ ਜੇ ਆਪਾਂ ਲਿਖਾਂਗੇ ਇਹ ਮੈਨ ਡਰਾਈਵ ਅ ਕਾਰ ਵਿਦ ਅ ਗਰਲ ਗਰਲ ਜੇ ਆਪਾਂ ਲਿਖਾਂਗੇ ਇਹਨੇ ਛੋਟੇ ਜਿਹਾ ਵਾਕ ਲਿਆ ਦੇਣੇ ਗਰਲ ਜਾਂ ਬॉय ਲਿਖਾਂਗੇ ਤੇ ਜੇ ਲਿਖਾਂਗੇ ਊਮਨ ਤੇ ਮੈਨ ਫਿਰ ਇਹ ਵੱਡੇ ਜਿਹਾ ਵਾਕ ਬਣਾਊਗਾ ਇਹ ਗੱਲ ਦਾ ਧਿਆਨ ਰੱਖਿਓ ਬਣਾਉਣ ਵੇਲੇ ਆਹ ਦੇਖੋ ਆਪ ਬੰਦਾ ਬਿਠਾਤਾ ਮੈਨ ਸੀਗਾ ਨਾਲ ਉਹਨੇ ਛੋਟਾ ਜਿਹਾ ਵਾਕ ਬਣਾਤਾ ਠੀਕ ਹੈ ਨਾ ਤੇ ਗਰਲ ਦੀ ਜਗ੍ਹਾ ਜੇ ਆਪਾਂ ਲਿਖਾਂਗੇ ਊਮਨ ਤੁਸੀਂ ਨੇ ਵੱਡਾ ਜਵਾਬ ਬਿਠਾ ਦੇਣਾ ਆ ਦੇਖੋ ਹੁਣ ਆ ਗਏ ਇਹਦੇ ਚ ਵੱਡਾ ਜਵਾਬ ਆ ਗਏ ਦੋਨੇ ਸਾਰੇ ਤੇ ਲਾਸਟ ਚ ਆਪਾਂ ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਬਣਾ ਕੇ ਦਿਖਾਣਾ ਲਾਸਟ ਬਾਕੀ ਦਾ ਤੁਸੀਂ ਆਪ ਸਿਆਣਿਓ ਆਪ ਹੀ ਬਣਾ ਲਿਓ ਇਹ ਪੰਜਾਬੀ ਮੈਨ ਐਟ ਲੇਕਰ ਇਹ ਫੀਲਡ ਮਤਲਬ ਖੇਤਾਂ ਚ ਹੁਣ ਡਾਇਰੈਕਟਰ ਸਮਝ ਜੂ ਕੋਮਾ ਪਾ ਕੇ ਲਿਖ ਦਿਓ ਜੋ ਵੀ ਚੀਜ਼ ਚਾਹੀਦੀ ਹੋਊਗੀ ਇਹ ਸਮਝ ਜਾਂਦਾ ਸਨਸੈਟ ਹੋ ਗਿਆ ਜੀ ਤੇ ਮੀ ਪੈਂਦਾ ਹੋਵੇ ਠੀਕ ਆ ਹੁਣ ਦੇਖਿਓ ਆਹ ਦੇਖੋ ਕਿੰਨੀ ਡਿਟੇਲਿੰਗ ਨਾ ਬਣਾਤੀ ਇਹਨੇ ਫੋਟੋਆਂ ਹੈ ਮੀ ਪੈਂਦਾ ਪਿਆਵਾ ਸਨਸੈਟ ਹੋਇਆ ਪਿਆ ਆ ਫੋਨ 'ਚ ਵੀ ਤੁਹਾਨੂੰ ਦਿਖਾ ਦਿੰਦਾ ਇੱਕ ਵਾਰ ਫੋਨ 'ਚ ਤੁਸੀਂ ਗੂਗਲ ਤੋਂ ਵੀ ਕਰ ਸਕਦੇ ਹੋ ਜਾ ਕੇ ਜਿੱਦਾਂ ਮੈਂ ਗੂਗਲ ਤੋਂ ਕੀਤਾ ਤੁਸੀਂ ਐਪ ਵੀ ਡਾਊਨਲੋਡ ਕਰ ਸਕਦੇ ਹੋ ਜੇ ਐਪ ਡਾਊਨਲੋਡ ਕੀਤਾ ਪਹਿਲੇ ਸਾਈਨ ਇਨ ਕਰਨਾ ਉਸ ਤੋਂ ਬਾਅਦ ਆਪਾਂ ਜਾਣਾ نیچے ਐਪਸ 'ਚ ਐਪਸ 'ਤੇ ਕਲਿੱਕ ਕਰਤਾ ਐਪ 'ਤੇ ਕਲਿੱਕ ਕਰਕੇ ਇੱਥੇ ਥੋੜਾ ਜਿਹਾ ਤੁਸੀਂ نیچے ਆਉਂਗੇ ਇੱਥੇ ਲਿਖਿਆ ਹੋਣਾ ਇਮੇਜ ਕ੍ਰੀਏਟਰ ਇਹਦੇ ਤੇ ਕਲਿੱਕ ਕਰਨਾ ਇੱਥੇ ਉੱਪਰ ਜੋ ਵੀ ਜਿੱਦਾਂ ਦੀ ਸਾਨੂੰ ਫੋਟੋ ਚਾਹੀਦੀ ਆ ਉਹ ਕੁਝ ਲਿਖ ਦੇਣਾ ਉਸ ਤੋਂ ਬਾਅਦ ਕਰ ਦੇਣਾ ਕ੍ਰੀਏਟ ਤੇ ਕਲਿੱਕ ਇੱਥੇ ਡਾਊਨਲੋਡ ਕਰਨ ਲਈ ਫੋਟੋ ਤੇ ਕਲਿੱਕ ਕਰਨਾ ਤੇ ਇੱਥੇ ਪ੍ਰੈਸ ਕਰਕੇ ਰੱਖਣਾ ਤੇ ਡਾਊਨਲੋਡ ਕਰ ਦੇਣੀ ਮੇਜ ਹੋ ਜਾਣੀ ਡਾਊਨਲੋਡ ਬਣ ਗਈ ਜੀ ਤੁਹਾਡੀ ਫੋਟੋ ਆ